ਸੁਣਿਓ ਧਿਆਨ ਦੇ ਨਾਲ। ਆ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇਸ ਧਰਤੀ ਤੇ 9 ਗੁਰੂ ਸਾਹਿਬਾਂ ਦਾ ਪ੍ਰਕਾਸ਼ ਹੋਇਆ। ਇਹ ਪੰਜਾਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦੇ ਨਾਲ ਜੋੜਿਆ। ਇਸ ਪੰਜਾਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਾਣੀ ਦਾ ਗੁਲਦਸਤਾ ਬਖਸ਼ਿਆ। ਤੇ ਅੱਜ ਉਸੇ ਪੰਜਾਬ ਦੀ ਧਰਤੀ ਤੇ ਬਿਰਧ ਆਸ਼ਰਮ ਖੁੱਲ ਜਾਣ ਜੀ, ਇਹ ਸਾਡੇ ਮੱਥੇ ਤੇ ਕਲੰਕ ਹੈ। ਪੰਜਾਬੀਓ ਯਾਦ ਰੱਖਿਓ, ਜਿਹੜੇ ਗੁਰੂ ਦੀ ਬਾਣੀ ਕਹਿ ਰਹੀ ਹੈ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ, ਓਏ ਭਲਿਆ ਜੇ ਤੈਂ ਮੇਰੀ ਸੇਵਾ ਕਰਨੀ ਹੈ ਪਹਿਲਾਂ ਆਪਣੇ ਘਰ ਬੈਠੇ ਮਾਂ ਬਾਪ ਦੀ ਸੇਵਾ ਕਰ। ਮਹਾਰਾਜ ਸੱਚੇ ਪਾਤਸ਼ਾਹ ਦੀ ਕਹਿ ਰਹੇ ਨੇ ਆਪਣੇ ਮਾਂ ਬਾਪ ਦੀ ਜੇ ਤੂੰ ਸੇਵਾ ਨਹੀਂ ਕਰਦਾ, ਗੁਰਦੁਆਰਾ ਸਾਹਿਬ ਆ ਕੇ ਝਾੜੂ ਪੋਚੇ ਲਾਉਣਾ, ਸੇਵਾ ਕਰਦਾ, ਯਾਦ ਰੱਖੀ ਇਹ ਬਾਪੂ ਨੇ ਕੁਛ ਨਹੀਂ ਹੋਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਛ ਨਹੀਂ ਹੋਣਗੇ। ਮਹਾਰਾਜ ਕਹਿੰਦੇ ਪਹਿਲਾਂ ਆਪਣੇ ਮਾਂ ਬਾਪ ਦੀ ਸੇਵਾ ਕਰ। ਗੁਰਮੁਖੋ ਕਿਤੇ ਬਿਰਧ ਆਸ਼ਰਮਾਂ ਵਿੱਚ ਜਾ ਕੇ ਪੁੱਛ ਕੇ ਵੇਖੋ, ਮਾਵਾਂ ਕੋਲੋਂ ਪਿਤਾ ਕੋਲੋਂ ਪੁੱਛੋ। ਵੱਡੇ ਵੱਡੇ ਬਿਰਧ ਆਸ਼ਰਮ ਬਣੇ ਆ। ਜਦੋਂ ਅਸੀਂ ਇੱਧਰ ਚੰਡੀਗੜ੍ਹ ਵੱਲ ਦੀਵਾਨ ਲਾਉਣ ਵਾਸਤੇ ਜਾਈਦਾ, ਇੱਧਰ ਲੁਧਿਆਣਾ ਸਾਈਡ ਦੀਵਾਨ ਲਾਉਣ ਵਾਸਤੇ ਜਾਂਦੇ ਹਾਂ, ਵੱਡੇ ਵੱਡੇ ਆਸ਼ਰਮ ਵੇਖਦੇ ਹਾਂ। ਇੱਕ ਆਸ਼ਰਮ ਤੁਹਾਨੂੰ ਮੈਂ ਇਹੋ ਜਿਹਾ ਵੀ ਵਿਖਾ ਸਕਦਾ ਜਿੱਥੇ ਗਰੀਬ ਘਰਾਂ ਦੇ ਮਾਪੇ ਨਹੀਂ, ਅਮੀਰ ਘਰਾਂ ਦੇ ਮਾਪੇ ਰਹਿੰਦੇ ਆ। ਉੱਥੇ ਮਾਂ ਬਾਪ ਨੂੰ ਜਾ ਕੇ ਪੁੱਛ ਕੇ ਵੇਖੋ, ਮਾਂ ਨੂੰ ਪੁੱਛੋ ਮਾਂ ਤੇਰੇ ਘਰ ਕੋਈ ਔਲਾਦ ਨਹੀਂ ਹੈ, ਬਾਪੂ ਨੂੰ ਪੁੱਛੋ ਬਾਪੂ ਤੇਰੇ ਘਰ ਕੋਈ ਔਲਾਦ ਨਹੀਂ ਹੈ। ਬਾਪੂ ਕਹੇਗਾ ਨਹੀਂ ਭਾਈ ਸਾਹਿਬ ਜੀ, ਮੇਰੇ ਘਰ ਦੋ ਪੁੱਤ ਹੈ। ਉਹ ਬਾਪੂ ਨੂੰ ਕਹੋ ਵੀ ਗਰੀਬ ਹੋਣੇ ਹੈ, ਦਿਹਾੜੀ ਮਜ਼ਦੂਰੀ ਕਰਦੇ ਹੋਣੇ ਹੈ। ਨਹੀਂ ਭਾਈ ਸਾਹਿਬ, ਮੇਰੇ ਪੁੱਤਰ ਵਧੀਆ ਪੋਸਟਾਂ ਤੇ ਬੈਠੇ ਹੈ। ਫਿਰ ਬਾਪੂ ਨੂੰ ਪੁੱਛੋ ਬਾਪੂ ਤੂੰ ਬਿਰਧ ਆਸ਼ਰਮ ਵਿੱਚ ਕਿਉਂ ਛੱਡ ਰਿਹਾ, ਤੂੰ ਬਿਰਧ ਆਸ਼ਰਮ ਵਿੱਚ ਕਿਉਂ ਬੈਠਾ। ਉਹ ਬਾਪੂ ਤੁਹਾਨੂੰ ਇੱਕੋ ਹੀ ਇੱਕ ਗੱਲ ਕਹੇਗਾ, ਮੈਂ ਪਹਿਲਾਂ ਕਹਿ ਦਵਾਂ ਚਾਰੇ ਉਂਗਲਾਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਹ ਬਾਪੂ ਨੇ ਤੁਹਾਨੂੰ ਇੱਕੋ ਹੀ ਇੱਕ ਗੱਲ ਕਹਿਣੀ ਹੈ, ਕਹਿਣਾ ਭਾਈ ਸਾਹਿਬ ਜੀ ਮੈਂ ਆਪਣੇ ਪੁੱਤਰਾਂ ਧੀਆਂ ਨੂੰ ਵਧੀਆ ਪੜ੍ਹਾ ਲਿਖਾ ਦਿੱਤਾ, ਵਧੀਆ ਪੜ੍ਹ ਲਿਖ ਕੇ ਉਹ ਵੱਡੀਆਂ ਪੋਸਟਾਂ ਤੇ ਲੱਗ ਗਏ, ਤਾਂ ਹੀ ਅੱਜ ਮੈਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ। ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਿਆਣੇ ਵੀ ਬਹੁਤ ਹੈ, ਚੰਗੇ ਵੀ ਤੁਹਾਨੂੰ ਬਹੁਤ ਮਿਲਣਗੇ, ਪਰ ਬਹੁਤਾਤ ਗਿਣਤੀ ਅੱਜ ਸਮਾਜ ਦੀ ਇਹ ਹੈ। ਆ ਤਾਜ਼ੀ ਘਟਨਾ ਤੁਸੀਂ ਸੁਣੀ ਹੋਣੀ ਹੈ, ਰੋਪੜ ਦੀ ਘਟਨਾ, ਕਿੰਨਾ ਵੱਡਾ ਵਕੀਲ ਲੱਗਿਆ ਹੋਇਆ ਆਪਣੀ ਮਾਂ ਨੂੰ ਕਿਵੇਂ ਕੁੱਟ ਰਿਹਾ, ਕਿਵੇਂ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਰਿਹਾ। ਓਏ ਗੁਰਮੁਖੋ, ਅੱਜ ਇੱਕ ਦਿਹਾੜੀ ਕਰਨ ਵਾਲਾ, ਰਿਕਸ਼ਾ ਚਲਾਉਣ ਵਾਲਾ, 500 ਰੁਪਈਆ ਦਿਹਾੜੀ ਤੇ ਜਾਣ ਵਾਲਾ ਆਪਣੇ ਮਾਂ ਬਾਪ ਨੂੰ ਵਧੀਆ ਪ੍ਰਸ਼ਾਦਾ ਛਕਾਉਂਦਾ, ਪਰ ਜਿਹੜਾ ਵੱਡੀਆਂ ਪੋਸਟਾਂ ਤੇ ਲੱਗਿਆ ਉਹ ਆਪਣੇ ਮਾਂ ਬਾਪ ਨੂੰ ਪੁੱਛ ਕੇ ਰਾਜ਼ੀ ਨਹੀਂ ਹੈ। ਤੇ ਯਾਦ ਰੱਖਿਓ, ਮਾਂ ਬਾਪ ਜ਼ਿੰਦਗੀ ਵਿੱਚ ਇੱਕ ਵਾਰ ਮਿਲਦੇ ਆ, ਦੁਬਾਰਾ ਮਾਪੇ ਨਹੀਂ ਮਿਲਦੇ। ਅੱਜ ਸਰਦਾਰ ਬਲਿਹਾਰ ਸਿੰਘ ਨੂੰ, ਮੇਰੇ ਵੀਰ ਜਸਵੀਰ ਸਿੰਘ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਬਾਪੂ ਰਣਜੀਤ ਸਿੰਘ ਦੁਆਰਾ ਮਿਲ ਜਾਏਗਾ। ਜ਼ਿੰਦਗੀ ਵਿੱਚ ਇੱਕੋ ਹੀ ਇੱਕ ਰਿਸ਼ਤਾ ਹੈ ਮਾਂ ਤੇ ਪਿਓ ਦਾ, ਜਿਹੜਾ ਧੁਰ ਦਰਗਾਹ ਤੋਂ ਮਿਲਿਆ, ਬਾਕੀ ਸਾਰੇ ਰਿਸ਼ਤੇ ਅਸੀਂ ਦੁਨੀਆਂ ਤੇ ਆ ਕੇ ਬਣਾਏ ਆ। ਕੋਈ ਕਹਿ ਸਕਦਾ ਮੇਰੀ ਭੂਆ ਨਹੀਂ ਹੈ, ਮੰਨਿਆ ਜਾ ਸਕਦਾ ਵੀ ਇਹਦੇ ਬਾਪੂ ਦੀ ਕੋਈ ਭੈਣ ਨਹੀਂ ਹੋਏਗੀ। ਕੋਈ ਕਹਿ ਸਕਦਾ ਵੀ ਮੇਰਾ ਮਾਮਾ ਨਹੀਂ ਹੈ, ਮੰਨਿਆ ਜਾ ਸਕਦਾ ਇਹਦੀ ਮਾਂ ਦਾ ਕੋਈ ਭਰਾ ਨਹੀਂ ਹੋਏਗਾ। ਕੋਈ ਕਹਿ ਸਕਦਾ ਮੇਰਾ ਭੈਣ ਤੇ ਭਰਾ ਨਹੀਂ ਹੈ, ਮੰਨਿਆ ਜਾ ਸਕਦਾ। ਪਰ ਦੁਨੀਆਂ ਵਿੱਚ ਕੋਈ ਇਹੋ ਜਿਹਾ ਹੈ ਵੀ ਜਿਹੜਾ ਕਵੇ ਮੇਰਾ ਮਾਂ ਤੇ ਬਾਪੂ ਨਹੀਂ ਹੈ? ਹੈ ਕੋਈ ਦੁਨੀਆਂ ਤੇ ਇਹੋ ਜਿਹਾ? ਮਾਂ ਬਾਪ ਜ਼ਿੰਦਗੀ ਵਿੱਚ ਇੱਕ ਵਾਰ ਮਿਲਦੇ ਹੈ। ਦੁਨੀਆਂ ਵਾਲਿਓ, ਜੇ ਤੁਸੀਂ ਆਪਣੇ ਮਾਂ ਬਾਪ ਦਾ ਦਿਲ ਵਿਖਾਓਗੇ, ਤੁਸੀਂ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਕਰ ਰਹੇ ਹੋ। ਪਾਪ ਇਹ ਮੈਂ ਨਹੀਂ ਕਹਿ ਰਿਹਾ, ਇਹ ਬਾਣੀ ਕਹਿ ਰਹੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਤੁਸੀਂ ਪ੍ਰਕਾਸ਼ ਦਿਹਾੜਾ ਹੁਣੇ ਮਨਾ ਕੇ ਹਟੇ ਹੋ। ਜਦੋਂ ਬਾਬੇ ਪਿਰਥੀਏ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਬੂਲ ਬੋਲੇ, ਮਾੜਾ ਚੰਗਾ ਬੋਲਿਆ? ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਿੰਨਾ ਮਾੜਾ ਬੋਲਿਆ ਹੋਏਗਾ? ਮਹਾਰਾਜ ਨੇ ਬਾਣੀ ਵਿੱਚ ਦਰਜ ਕਰ ਦਿੱਤਾ ਸਦਾ ਵਾਸਤੇ, ਸਾਡੇ ਵਾਸਤੇ ਵੀ। ਮਹਾਰਾਜ ਕਹਿੰਦੇ ਕਾਹੇ ਪੂਤ,
ਝਗੜਤ ਹੋ ਸੰਗ ਬਾਪ ਓਏ ਪੁੱਤਰਾ ਕਿਉਂ ਆਪਣੇ ਮਾਤਾ ਪਿਤਾ ਦੇ ਨਾਲ ਝਗੜਾ ਕਰ ਰਿਹਾ ਕਿਉਂ ਆਪਣੀ ਮਾਂ ਨੂੰ ਮਾੜਾ ਬੋਲ ਰਿਹਾ ਕਿਉਂ ਬਾਪੂ ਨੂੰ ਮਾੜਾ ਬੋਲ ਰਿਹਾ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨ ਕੇ ਵੱਡੇ ਵਡੀਰੇ ਤੂੰ ਹੋ ਤਿੰਨ ਸਿਓ ਝਗੜਤ ਪਾਪ ਜਿਨ੍ਹਾਂ ਨੇ ਤੈਨੂੰ ਵੱਡਿਆਂ ਕੀਤਿਆ ਪਾਲ ਪਲੋਸ ਕੇ ਤੈਨੂੰ ਪੜ੍ਹਾਇਆ ਲਿਖਾਇਆ ਆਪ ਬਾਪੂ ਪੈਰ ਵਿੱਚ ਘਸੀਓ ਜੁੱਤੀ ਪਾ ਲੈਂਦਾ ਪਰ ਆਪਣੇ ਧੀਆਂ ਪੁੱਤਰਾਂ ਨੂੰ ਵਧੀਆ ਜੁੱਤੀਆਂ ਲੈ ਕੇ ਆਉਂਦਾ ਆਪ ਮਾਂ ਫਟੇ ਪੁਰਾਣੇ ਕੱਪੜੇ ਪਾ ਲੈਂਦੀ ਹੈ ਆਪਣੇ ਧੀਆਂ ਪੁੱਤਰਾਂ ਵਾਸਤੇ ਵਧੀਆ ਕੱਪੜੇ ਲੈ ਕੇ ਆਉਂਦੀ ਹੈ ਓਏ ਪੁੱਤਰਾ ਜੇ ਤੂੰ ਆਪਣੇ ਮਾਂ ਬਾਪ ਦਾ ਦਿਲ ਦੁਖਾਏਗਾ ਤਾਂ ਯਾਦ ਰੱਖੀ ਤੂੰ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਕਰ ਰਿਹਾ ਜਿਹੜਾ ਪਾਪ ਰੱਬ ਦੀ ਦਰਗਾਹ ਵਿੱਚ ਜਾ ਕੇ ਬਖਸ਼ਿਆ ਨਹੀਂ ਜਾਏਗਾ ਸ੍ਰੀ ਵਾਹਿਗੁਰੂ ਬਖਸ਼ਿਆ ਨਹੀਂ ਜਾਏਗਾ ਆਪਣੇ ਮਾਂ ਬਾਪ ਦਾ ਸਤਿਕਾਰ ਕਰੀਏ ਅਸੀਂ ਆਪਣੇ ਮਾਪਿਆਂ ਦਾ ਦੇਣਾ ਨਹੀਂ ਦੇ ਸਕਦੇ ਜੀ ਅਕਬਰ ਬਾਦਸ਼ਾਹ ਨੇ ਕਿਸੇ ਸਮੇਂ ਆਪਣੀ ਮਾਂ ਨੂੰ ਆਖਿਆ ਸੀ ਮਾਂ ਮੈਨੂੰ ਸਾਰੇ ਕਹਿੰਦੇ ਆ ਵੀ ਮਾਪਿਆਂ ਦਾ ਪੁੱਤਰਾਂ ਤੇ ਬੜਾ ਵੱਡਾ ਕਰਜ਼ਾ ਹੁੰਦਾ ਐ ਮਾਂ ਮੈਂ ਤੇਰਾ ਸਾਰਾ ਹੀ ਕਰਜ਼ਾ ਲਾਣਾ ਦੱਸ ਮੈਂ ਤੇਰੀ ਖਾਤਰ ਕੀ ਕਰਾਂ ਅਕਬਰ ਬਾਦਸ਼ਾਹ ਆਪਣੀ ਮਾਂ ਨੂੰ ਕਹਿ ਰਿਹਾ ਮਾਂ ਮੈਨੂੰ ਦੁਨੀਆ ਕਹਿ ਰਹੀ ਹੈ ਪੁੱਤਰਾਂ ਧੀਆਂ ਤੇ ਮਾਪਿਆਂ ਦਾ ਬੜਾ ਵੱਡਾ ਕਰਜ਼ਾ ਹੁੰਦਾ ਮੈਂ ਤੇਰਾ ਸਾਰਾ ਹੀ ਕਰਜ਼ਾ ਲਾ ਦੇਣਾ ਦੱਸ ਮੈਂ ਕੀ ਕਰਾਂ ਤੂੰ ਭਰੇ ਦਰਬਾਰ ਵਿੱਚ ਇੱਕ ਵਾਰ ਕਹਿ ਦੀ ਵੀ ਅਕਬਰ ਦਾ ਸਾਰਾ ਕਰਜ਼ਾ ਮੇਰੇ ਸਿਰ ਤੋਂ ਲੱਥੋ ਮਾਂ ਹੱਸ ਕੇ ਕਹਿਣ ਲੱਗੀ ਪੁੱਤਰਾ ਮੈਂ ਤੈਨੂੰ ਕਦੇ ਆਖਿਆ ਕਦੇ ਮਾਂ ਨੇ ਤੈਨੂੰ ਕਿਹਾ ਵੀ ਤੇਰੇ ਸਿਰ ਤੇ ਮੇਰਾ ਕਰਜ਼ਾ ਹੈ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਕਹਿੰਦਾ ਨਹੀਂ ਮਾਂ ਤੂੰ ਇੱਕ ਵਾਰ ਭਰੇ ਦਰਬਾਰ ਵਿੱਚ ਕਹਿ ਦੀ ਅਕਬਰ ਦੇ ਸਿਰ ਤੋਂ ਮੇਰਾ ਕਰਜ਼ਾ ਲੱਥਾ ਦੱਸ ਤੇਰੀ ਖਾਤਰ ਕੀ ਕਰਾਂ ਤੈਨੂੰ ਜ਼ਮੀਨ ਚਾਹੀਦੀ ਹੈ ਪੈਸਾ ਚਾਹੀਦਾ ਦੱਸ ਕੀ ਚਾਹੀਦਾ ਮਾਂ ਕਹਿਣ ਲੱਗੀ ਪੁੱਤਰਾ ਮੈਂ ਕਹਿ ਦਿਆਂਗੀ ਵੀ ਤੇਰੇ ਸਿਰ ਤੋਂ ਮੇਰਾ ਕਰਜ਼ਾ ਲੱਥਾ ਇੱਕ ਕੰਮ ਕਰ ਲੈ ਅੱਜ ਦੀ ਰਾਤ ਤੂੰ ਮੇਰੇ ਨਾਲ ਸੌ ਜਾਈਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮਾਂ ਇਹ ਕਿਹੜੀ ਵੱਡੀ ਗੱਲ ਹੈ ਮੈਂ ਸੌ ਜਾਂਗਾ ਮਾਂ ਕਹਿਣ ਲੱਗੀ ਠੀਕ ਹੈ ਸ਼ਾਮਾਂ ਪਈਆਂ ਅਕਬਰ ਬਾਦਸ਼ਾਹ ਆਪਣੇ ਮਾਂ ਦੇ ਕਮਰੇ ਵੱਲ ਨੂੰ ਆ ਰਿਹਾ ਮਾਂ ਨੇ ਵੇਖਿਆ ਮੇਰਾ ਪੁੱਤ ਆ ਰਿਹਾ ਘੜੇ ਵਿੱਚੋਂ ਇੱਕ ਪਾਣੀ ਦਾ ਗਲਾਸ ਭਰਿਆ ਜਿਹੜੇ ਬਿਸਤਰੇ ਤੇ ਆ ਕੇ ਜਿਹੜੇ ਮੰਜੇ ਤੇ ਆ ਕੇ ਅਕਬਰ ਬਾਦਸ਼ਾਹ ਨੇ ਸੋਣਾ ਸੀ ਉਹ ਪਲੰਘ ਤੇ ਮਾਂ ਨੇ ਪਾਣੀ ਦਾ ਗਲਾਸ ਡੋਲ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਬਰ ਬਾਦਸ਼ਾਹ ਆਇਆ ਆ ਕੇ ਜਦੋਂ ਪਲੰਘ ਤੇ ਬਹਿਣ ਲੱਗਾ ਇੱਦਾਂ ਹੱਥ ਰੱਖਿਆ ਤੜਪ ਕੇ ਉੱਠਿਆ ਕਹਿੰਦਾ ਮਾਂ ਬਿਸਤਰਾ ਤਾਂ ਗਿੱਲਾ ਹੈ ਮਾਂ ਕਹਿਣ ਲੱਗੀ ਫਿਰ ਕੀ ਹੋਇਆ ਗਿੱਲਾ ਹੀ ਹੈ ਬਹਿ ਜਾ ਕਹਿਣ ਲੱਗਾ ਮਾਂ ਗਿੱਲੇ ਬਿਸਤਰੇ ਤੇ ਕਿਵੇਂ ਬੈਠਾ ਗਿੱਲੇ ਬਿਸਤਰੇ ਤੇ ਮੈਨੂੰ ਰਾਤ ਨੂੰ ਨੀਂਦ ਕਿਵੇਂ ਆਏਗੀ ਮੈਂ ਗਿੱਲੇ ਬਿਸਤਰੇ ਤੇ ਨਹੀਂ ਸੌ ਸਕਦਾ ਮਾਂ ਹੱਸ ਕੇ ਕਹਿਣ ਲੱਗੀ ਪੁੱਤਰਾ ਓਏ ਤੂੰ ਇੱਕ ਰਾਤ ਗਿੱਲੇ ਬਿਸਤਰੇ ਤੇ ਨਹੀਂ ਸੌ ਸਕਦਾ ਤੇਰੀ ਮਾਂ ਨੇ ਕਈ ਰਾਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਤੂੰ ਬਚਪਨ ਵਿੱਚ ਹੁੰਦਾ ਸੀ ਆਪਣੀ ਕਿਰਿਆ ਬਿਸਤਰੇ ਤੇ ਸੌ ਦਿੰਦਾ ਤੈਨੂੰ ਸਾਰੀ ਸਾਰੀ ਰਾਤ ਮੈਂ ਆਪਣੇ ਢਿੱਡ ਤੇ ਪਾ ਕੇ ਕੱਟਦੀ ਰਹੀ ਆਪ ਮੈਂ ਗਿੱਲੀ ਜਗ੍ਹਾ ਸੌਂਦੀ ਓਏ ਤੂੰ ਕਿੱਥੋਂ ਮਾਂ ਦਾ ਕਰਜ਼ਾ ਲਾ ਦੇਗਾ ਤੂੰ ਸਤਨਾਮ ਸ੍ਰੀ ਵਾਹਿ ਕੋਈ ਲਾ ਸਕਦਾ ਜੀ ਬਣਿਆ ਫਿਰੇ ਸਿਕੰਦਰ ਲੱਖ ਪਾਰਸ ਕਰਜ਼ਾ ਕੋਈ ਨੀ ਮਾਂ ਬਾਪ ਦਾ ਲਾ ਸਕਦਾ ਕੋਈ ਨੀ ਲਾ ਸਕਦਾ।